ਹੁਣ ਕਾਮਾ ਘਾਟਾ ਮਾਰੂ ਬਾਰੇ ਜਿਹੜਾ ਇਹਦੇ ਬਾਰੇ ਆਪਣੇ ਲੋਕ ਕਿਸੇ ਨੂੰ ਵੀ ਪੁੱਛ ਲਓ, ਇਤਿਹਾਸਕਾਰਾਂ ਨੂੰ ਪੁੱਛ ਲਓ, ਉਹ ਇਹ ਕਹੀ ਜਾਂਦੇ ਨੇ ਕਿ ਧੱਕਾ ਹੋਇਆ। ਲੇਕਿਨ ਮੈਂ ਤੁਹਾਨੂੰ ਦੱਸਣਾ ਚਾਹਾਂਗਾ 1989 ਦੇ ਵਿੱਚ 75th ਐਨੀਵਰਸਰੀ ਮਨਾਈ ਹੈ ਨਾ ਇੱਥੇ ਕੈਨੇਡਾ ਦੇ ਵਿੱਚ, ਮੇਰੇ ਦੋਸਤਾਂ ਨੇ ਇੱਕ ਮੈਗਜ਼ੀਨ ਕੱਢੇ ਸਪੈਸ਼ਲ ਇਸ਼ੂ ਉਹਦਾ ਵਤਨ, ਅਤੇ ਮੈਨੂੰ ਕਹਿਣ ਲੱਗੇ ਵੀ ਤੁਸੀਂ ਸਾਨੂੰ ਕਾਮਾ ਘਾਟਾ ਮਾਰੂ ਬਾਰੇ ਲਿਖਦੇ। ਉਹਨਾਂ ਨੂੰ ਪਤਾ ਸੀ ਕਿ ਮੈਂ ਥੋੜ੍ਹਾ ਹਿਸਟਰੀ ਵਿੱਚ ਇੰਟਰਸਟ ਆ ਮੇਰਾ, ਮੈਂ ਲਿਖ ਸਕਦਾ, ਅਤੇ ਮੈਂ ਲਿਖਣ ਲੱਗ ਪਿਆ। ਜੇ ਲਿਖਣ ਲੱਗ ਪਿਆ ਮੈਨੂੰ ਇਹ ਨਾ ਪਤਾ ਲੱਗੇ ਧੱਕਾ ਕੀ ਹੋਇਆ, ਕਿਉਂਕਿ ਉਸ ਵੇਲੇ ਕਾਨੂੰਨ ਸੀ ਨਾ ਕਿ ਸਿੱਧੇ ਸਫ਼ਰ ਦਾ ਸਫ਼ਰ, ਵੀ ਸਿੱਧਾ ਸਫ਼ਰ, ਭਾਵੇਂ ਉਹ ਰੇਸਿਸ ਲਾਅ ਸੀ, ਪਰ ਲਾਅ ਤਾਂ ਲਾਅ ਸੀ ਨਾ ਬਣਾਇਆ ਸੀ, ਭਾਵੇਂ ਰੇਸਿਸ ਲਾਅ ਸੀ, ਪਰ ਸਾ ਅਸੀਂ ਇਸ ਨੂੰ ਕਹਿ ਰਹੇ ਕਿ ਅਸੀਂ ਇਹ ਲਾਅ ਗਲਤ ਹੈ। ਅਤੇ ਜਦੋਂ ਮੈਂ ਲਿਖ ਲਿਆ ਲੇਖ, ਤਾਂ ਮੇਰਾ ਦੋਸਤ ਉੱਜਲ ਦੱਸਾਂ ਉਹ ਵਕੀਲ ਆ, ਅਤੇ ਮੈਨੂੰ ਕਹਿਣ ਲੱਗਾ ਤੂੰ ਕਹੀ ਤਾਂ ਜਾਂਦਾ ਕਿ ਧੱਕਾ ਹੋਇਆ, ਧੱਕਾ ਹੋਇਆ, ਸਾਡੇ ਬੇਇਨਸਾਫੀ ਕੀ, ਬੜੀ ਇਨਸਾਫੀ ਹੋਈ ਆ, ਕਹਿੰਦਾ ਕਹਿੰਦਾ ਸਿੱਧੇ ਆਏ ਸੀ ਉੱਥੋਂ ਇੰਡੀਆ ਤੋਂ, ਲਾਅ ਬਣਾਇਆ ਹੋਇਆ ਕਿ ਜਿਹੜਾ ਬੰਦਾ ਆ ਰਿਹਾ ਉਹ ਆਪਣੇ ਦੇਸ਼ ਤੋਂ ਸਿੱਧਾ ਆਵੇ, ਉਹ ਸਿੱਧੇ ਆਏ ਸੀ, ਉਹ ਤਾਂ ਹਾਂਗਕਾਂਗ ਤੋਂ ਆਏ ਸੀ। ਮੈਂ ਕਿਹਾ ਹਾਂ ਠੀਕ ਹੈ, ਫਿਰ ਕਹਿੰਦਾ ਤੂੰ ਕਿੱਦਾਂ ਕਹਿੰਦਾ ਧੱਕਾ ਹੋ ਰਿਹਾ, ਹੁਣ ਅਸੀਂ ਪੰਜਾਬੀ ਬੰਦੇ ਹਾਂ ਜਿਹੜੀ ਗੱਲ ਧਾਰ ਲਈ ਧਾਰ ਲਈ। ਮੈਂ ਕਿਹਾ ਵਾ ਧੱਕਾ ਹੋਇਆ, ਹੁਣ ਸਬੂਤ ਕੋਈ ਹੈ ਨਹੀਂ। ਫਿਰ ਮੈਂ ਸਬੂਤ ਲੱਭਣੇ ਸ਼ੁਰੂ ਕੀਤੇ, ਕਿਸੇ ਪਾਸੇ ਕੋਈ ਸਬੂਤ ਨਾ ਲੱਭੇ ਕੀ ਧੱਕਾ ਹੋਇਆ। ਫਿਰ ਅਖੀਰ ਦੇ ਉੱਤੇ ਮੈਨੂੰ ਨਾ ਇੱਕ ਲੇਖ ਮਿਲਿਆ, ਇਨਸਾਈਡ ਸਟੋਰੀ ਆਫ ਕਾਮਾ ਘਾਟਾ ਮਾਰੂ, ਉਹਦਾ ਕੈਨੇਡੀਅਨ ਵਕੀਲ ਸੀ ਨਾ ਇਹਨਾਂ ਦਾ, ਕੈਨੇਡੀਅਨ ਸਰਕਾਰ ਦਾ, ਉਹਦੇ ਵੱਲੋਂ ਲਿਖਿਆ ਹੋਇਆ। ਉਹ ਆਪਣਾ ਹੈ ਵਕੀਲ, ਲੇਕਿਨ ਉਹ ਵਕੀਲਾਂ ਨੂੰ ਹਾਇਰ ਕਰ ਉੱਤੇ ਸੀ, ਸਾਰਾ ਕੰਮ ਕੈਨੇਡੀਅਨ ਗੌਰਮੈਂਟ ਦਾ ਉਹ ਕਰਦਾ ਸੀ। ਉਹ ਤਾਂ ਮੈਨੂੰ ਸਮਝ ਆਈ ਕਿ ਹੋਇਆ ਕੀ ਸੀ ਕਿ ਕਾਮਾ ਘਾਟਾ ਮਾਰੂ ਵਿੱਚ, ਤਾਂ ਕਾਮਾ ਘਾਟਾ ਮਾਰੂ ਸੀ ਉਹ ਠੀਕ ਹੈ, ਸਿੱਧੇ ਨਹੀਂ ਸੀ ਆਏ। ਪਰ ਦੇਖੋ ਤੁਹਾਨੂੰ ਜੇ ਮੈਨੂੰ ਥੋੜ੍ਹਾ ਹੱਕ ਇਹ ਕਹਿਣ ਦਾ ਕਿ ਉਹ ਠੀਕ ਹੈ ਜਾਂ ਗਲਤ ਹੈ, ਇਹ ਤਾਂ ਕੋਰਟ ਨੇ ਫੈਸਲਾ ਕਰਨਾ ਨਾ। ਦੇਖੋ ਜਿਹੜੇ ਇਮੀਗ੍ਰੇਸ਼ਨ ਅਫਸਰ ਆਫਿਸਰ ਸੀ, ਇਹਨਾਂ ਨੂੰ ਪਤਾ ਸੀ, ਕੈਨੇਡੀਅਨ ਸਰਕਾਰ ਨੂੰ ਵੀ ਪਤਾ ਸੀ ਕਿ ਜੇ ਅਦਾਲਤ ਵਿੱਚ ਕੇਸ ਗਿਆ ਇਹ ਨਹੀਂ ਜਿੱਤ ਜਾਣਾ, ਇਸ ਕਰਕੇ ਉਹ ਸਾਡੇ ਬੰਦੇ ਨੂੰ ਅਦਾਲਤ ਵਿੱਚ ਨਹੀਂ ਜਾਣ ਦੇਣਾ ਚਾਹੁੰਦੇ। ਉਹਨਾਂ ਨੇ ਕੀ ਕੀਤਾ ਸੀ ਜਦੋਂ ਕਾਮਾ ਘਾਟਾ ਮਾਰੂ ਆਇਆ, ਉਹਨਾਂ ਦੇ ਮੁਸਾਫਰਾਂ ਨੂੰ ਇਹ ਨਹੀਂ ਕਿਸੇ ਨੂੰ ਵੀ ਡਿਪੋਰਟੇਸ਼ਨ ਦੇ ਔਰਡਰ ਨਹੀਂ ਲਾਏ, ਕਿਉਂਕਿ ਜੇ ਡਿਪੋਰਟੇਸ਼ਨ ਦੇ ਔਰਡਰ ਲਾਉਂਦੇ ਤਾਂ ਉਹਨਾਂ ਕੋਲ ਹੱਕ ਹੋਣਾ ਸੀ ਅੱਗੇ ਕੋਰਟ ਵਿੱਚ ਜਾਣ ਦਾ। ਇਹਨਾਂ ਨੇ ਔਰਡਰ ਲਾਏ ਨਹੀਂ, ਕਿ ਉਹਦੇ ਖੜ੍ਹਾ ਤਾਂ ਪਾਣੀ 'ਚ ਖੜ੍ਹਾ ਕਰਤਾ, ਯਾਨੀ ਕਿ ਇਹਨਾਂ ਨੂੰ ਅਦਾਲਤ ਵਿੱਚ ਨਹੀਂ ਜਾਣ ਦਿੱਤਾ ਸਾਡੇ ਬੰਦਿਆਂ ਨੂੰ। ਸੋ ਜਿਹੜਾ ਨੈਚੁਰਲ ਜਸਟਿਸ ਸਿਸਟਮ, ਤਿੰਨ ਮੇਨ ਪ੍ਰਿੰਸੀਪਲ ਹੈ ਸਾਰੀ ਦੁਨੀਆ ਵਿੱਚ, ਇੱਕ ਤਾਂ ਇਹ ਆ ਕਿ ਵਕੀਲ ਨੂੰ ਮਿਲ ਸਕਣ ਦਾ ਹੱਕ, ਉਹਨਾਂ ਵਕੀ ਕੋਰਟ ਵਿੱਚ ਜਾਣ ਦਾ ਹੱਕ, ਨਾ ਤਾਂ ਉਹਨੂੰ ਕੋਰਟ ਵਿੱਚ ਜਾਣ ਦਿੱਤਾ, ਨਾ ਵਕੀਲ ਦੇਖਣ ਦਿੱਤਾ, ਅਤੇ ਤੀਸਰਾ ਹੈਗਾ ਫਿਰ ਹੇਅਰਿੰਗ, ਜਿਹੜੀ ਕੋਰਟ ਵਿੱਚ ਇਨਸਾਫ ਭਰੀ ਜਾਣੀ, ਉਹਦੀ ਸੁਣਵਾਈ ਹੋਣੀ ਚਾਹੀਦੀ, ਉਹ ਨਹੀਂ ਹੋਣ ਦਿੱਤੀ। ਸੋ ਇਹ ਬੇਇਨਸਾਫੀ ਸੀ ਉਹਨਾਂ ਦੀ, ਜਾਣੀ ਅਦਾਲਤ ਵਿੱਚ ਜਾਣ ਦਾ ਹੱਕ ਜਿਹੜਾ ਉਹਨੂੰ ਦਿੱਤਾ ਹੀ ਨਹੀਂ ਬਿਲਕੁਲ, ਜੋ ਦਿੱਤਾ ਤਾਂ ਵੱਖਰੇ ਹਾਲਾਤ ਦਿੱਤਾ, ਲਿਖਾ ਲਏ ਸਾਡੇ ਵਕੀਲ ਤੋਂ ਕਿ ਉਹ ਬਹਿਸ ਨਹੀਂ ਕਰੇਗਾ ਸੁਪਰੀਮ ਕੋਰਟ ਵਿੱਚ। ਸੋ ਉਹ ਜਿਹੜਾ ਮੇਰਾ ਲੇਖ ਆ ਉਹ ਬਹੁਤ ਸਲਾਹਿਆ ਗਿਆ ਲੋਕਾਂ ਵੱਲੋਂ, ਔਰ ਮੈਂ ਆਪਣੇ 'ਤੇ ਬੜਾ ਖੁਸ਼ ਹਾਂ ਕਿ ਮੈਂ ਖੋਜ ਕਰਕੇ ਲਿਖਿਆ ਉਹ ਕਾਮਾ ਘਾਟਾ ਮਾਰੂ ਅਤੇ ਕੈਨੇਡੀਅਨ ਇਨਸਾਫ਼। ਸੋ ਇਸ ਕਿਸਮ ਦੇ ਮੈਂ ਕੰਮ ਕਰਦਾ ਹੈਗਾ, ਇਤਿਹਾਸ ਨਾਲ ਸੰਬੰਧਿਤ ਹੈ। ਅੰਗਰੇਜ਼ ਸੀ ਨਾ ਇੰਗਲੈਂਡ ਵਾਲੇ, ਉਹ ਨਾ ਅਸੀਂ ਚਾਹੁੰਦੇ ਕਿ ਹਿੰਦੁਸਤਾਨੀ ਬਾਹਰ ਜਾਣ, ਕਿਉਂਕਿ ਇੰਡੀਆ ਦੇ ਵਿੱਚ ਉਹਨਾਂ ਨੇ ਇਹ ਭਰਵਾ ਦਿੱਤਾ ਸੀ ਕਿ ਜਿਹੜੇ ਗੋਰੇ ਨੇ ਸਪੈਸ਼ਲ ਲੋਕ ਨੇ, ਕੋਈ ਥੱਲੇ ਜੋਬ ਨਹੀਂ ਕਰਦੇ, ਉਹਨੇ ਵਧੀਆ ਕੱਪੜੇ ਪਾ ਕੇ ਬਾਹਰ ਨਿਕਲਣਾ, ਅਸੀਂ ਪਿੱਛੇ ਲੈਫਟ ਰਾਈਟ ਕਰ ਤੁਰਿਆ ਹੋਣਾ। ਜਦੋਂ ਅਸੀਂ ਬਾਹਰਲੇ ਮੁਲਕਾਂ 'ਤੇ ਕੈਨੇਡਾ ਵਰਗੇ ਮੁਲਕ, ਇੱਥੇ ਸਾਨੂੰ ਪਤਾ ਲੱਗਦਾ ਸੀ ਜਦੋਂ ਕੰਮ ਕਰਦੇ ਮਿਲ ਵਿੱਚ ਨਾਲ ਗੋਰੇ ਵੀ ਹੁੰਦੇ ਸਾਡੇ, ਜਦੋਂ ਮੁਸ਼ਕ ਆਉਣਾ ਤਾਂ ਉੱਥੇ ਲੋਕਾਂ ਨੂੰ ਪਤਾ ਲੱਗਦਾ ਵੀ ਸਾਡੇ ਵਰਗੇ ਲੋਕ ਨੇ, ਇਹਨਾਂ ਵਿੱਚ ਚੰਗੇ ਵੀ ਨੇ ਮਾੜੇ ਵੀ ਨੇ, ਹੈ ਥੋੜ੍ਹਾ ਕੰਪਲੈਕਸ ਬਿਠਾਏ ਸਾਡੇ ਮਨ ਵਿੱਚ ਉਹ ਨਿਕਲਦਾ। ਇਸ ਕਰਕੇ ਜਿਹੜੇ ਇੰਗਲੈਂਡ ਵਾਲੇ ਸੀ ਉਹ ਨਹੀਂ ਚਾਹੁੰਦੇ ਕਿ ਬਾਹਰ ਆਉਣ। ਸੋ ਕੈਨੇਡੀਅਨ ਸਰਕਾਰ ਸੀ ਜਿਹੜੀ, ਇੱਕ ਤਾਂ ਰੇਸਿਜ਼ਮ ਸੀ ਇੱਥੋਂ ਦੇ ਗੋਰੇ ਨਹੀਂ ਚਾਹੁੰਦੇ, ਦੂਜਾ ਅਸਲ ਕਾਰਨ ਪੋਲੀਟੀਕਲ ਰੀਜ਼ਨ ਸੀ, ਜਿਹੜੇ ਇੰਗਲੈਂਡ ਵਾਲੇ ਸੀ ਉਹ ਨਹੀਂ ਚਾਹੁੰਦੇ ਕਿ ਸਾਡੇ ਬੰਦੇ ਕੈਨੇਡਾ ਵਿੱਚ ਆਉਣ। ਇਸ ਕਰਕੇ ਇਹਨਾਂ ਨੇ ਲਾਅ ਬਣਾਇਆ ਸੀ ਡਾਇਰੈਕਟ ਪੈਸੇਜ ਦਾ, ਕਿ ਸਿੱਧੇ ਮੁਲਕ ਤੋਂ ਆਓ, ਸਿੱਧਾ ਜਹਾਜ਼ ਨਹੀਂ ਸੀ ਕਹਿੰਦਾ, ਮਤਲਬ ਸਾਡੇ ਹਿੰਦੁਸਤਾਨੀ ਆਉਣਾ ਬੰਦ ਕੀਤਾ ਜਾਂਦਾ ਸੀ। ਸੋ ਜਿਹੜਾ ਕਾਮਾ ਘਾਟਾ ਮਾਰੂ ਜਹਾਜ਼ ਸੀ ਉਹ ਭਾਈ ਗੁਰਦਸੋਂ ਲੈ ਕੇ ਆਇਆ ਸੀ ਆਪਣੇ ਬੰਦੇ, ਉਸ ਵੇਲੇ ਉਸ ਏਰੀਏ 'ਚ ਬਹੁਤ ਸਾਰੇ ਬੰਦੇ ਬੈਠੇ ਸੀ। ਇੱਕ ਕਵਿਤਾ ਆ ਕਾਮਾ ਘਾਟਾ ਮਾਰੂ ਦੇ ਮਿਸਾਲ, ਕਾਮਾ ਘਾਟਾ ਦੇ ਮੁਸਾਫਰਾਂ ਵੱਲੋਂ ਲਿਖੀ, ਉਹਦੇ ਵਿੱਚ ਕਹਿੰਦੇ ਨੇ ਰੁਲਦੇ ਰੁਲਦਿਆਂ ਨੂੰ ਮੁੱਦਤ ਹੋ ਗਈ ਸੀ, ਮਿਲਿਆ ਨਹੀਂ ਸੀ ਕੋਈ ਮਦਦਗਾਰ ਸਾਨੂੰ, ਰੁਲਦੇ ਰੁਲਦਿਆਂ ਨੂੰ ਮੁੱਦਤ ਗੁਜ਼ਰ ਗਏ ਸੀ, ਮਿਲਿਆ ਨਹੀਂ ਸੀ ਕੋਈ ਮਦਦਗਾਰ ਸਾਨੂੰ, ਕਿਸਮਤ ਫਰੀ ਜ਼ਮਾਨੇ ਨੇ ਗੇੜ ਲਾਇਆ, ਕੀਤੀ ਕਿਰਪਾ ਆਪ ਕਰਤਾਰ ਸਾਨੂੰ। ਵੀ ਸਾਨੂੰ ਰੱਬ ਨੇ ਕਿਰਪਾ ਕੀਤੀ, ਕੀ ਕਿਰਪਾ ਕੀਤੀ, ਭਾਈ ਗੁਰਦੇਵ ਸਿੰਘ ਮਤਲਬ ਉਹ ਆਉਂਦਾ ਇਹਨਾਂ ਲੈ ਕੇ ਜਹਾਜ਼ ਹੈ ਜੀ, ਉਹ ਇਹਨਾਂ ਦੀ ਮਦਦ ਲਈ ਬੋਰਡ ਦਾ, ਉਹ ਫਿਰ ਕਹਿੰਦਾ
ਦੁਖੀ ਸੁਖੀ ਪੈਸਾ ਪੈਸਾ ਜਮ੍ਹਾਂ ਕਰਕੇ ਕੀਤਾ ਸਾਰਿਆਂ ਤਾਂ ਹੀ ਤਿਆਰ ਸਾਨੂੰ ਡਾਲੇ 70,000 ਨੂੰ ਵੋਟ ਲੈ ਕੇ ਕੀਤਾ ਸਾਰਿਆਂ ਨੂੰ ਅਸਵਾਰ ਸਾਨੂੰ ਜਿਸ ਦੀ ਖੁਸ਼ੀਆਂ ਚੜ੍ਹੇ ਬੇਖੌਫ ਹੋ ਕੇ ਕਿਹਾ ਸਿੰਘ ਗੁਰਦਿੱਤ ਲਲਕਾਰ ਸਾਨੂੰ ਸੋ ਗੁਰਦਿੱਤ ਸਿੰਘ ਲੈ ਕੇ ਆਉਂਦਾ ਜਹਾਜ਼ ਉਹ ਕਹਿੰਦਾ ਚੜ੍ਹੋ ਮੇਰੇ ਜਹਾਜ਼ 'ਤੇ ਅਤੇ ਜਹਾਜ਼ ਜਿਹੜਾ ਫਿਰ ਉਹ ਵਿਕਟੋਰੀਆ ਪਹੁੰਚ ਜਾਂਦਾ ਅਤੇ ਜਿਹੜੇ ਸਾਡੇ ਵਿਕਟੋਰੀਆ ਦੇ ਗਦਰ ਪਾਰਟੀ ਦੇ ਬੰਦੇ ਨੇ ਖਾਸ ਤੇ ਭਾਈ ਬਲਵੰਤ ਸਿੰਘ ਹੋਣੀ ਉਹ ਇੰਡੀਆ ਤੋਂ ਆ ਰਹੇ ਨੇ ਕਾਮਾ ਘਾਟਾ ਮਰੂ ਮਿਲ ਕੇ ਆ ਰਹੇ ਜਪਾਨ ਦੇ ਵਿੱਚ ਉਹ ਉੱਥੇ ਫਿਰ ਆਪਣੇ ਬੰਦਿਆਂ ਨੂੰ ਲੈ ਕੇ ਜਹਾਜ਼ ਬੋਟ ਕਰਾਇਜ ਕਰਕੇ ਜਾਂਦੇ ਮਿਲਣ ਕਿਉਂਕਿ ਵਿਕਟੋਰੀਆ ਦੇ ਪਿੱਛੇ ਕੁਆਰੰਟੀਨ ਸੈਂਟਰ ਵਿਲੀਅਮ ਹੈਡ ਨਾਂ ਉਹਦਾ ਉੱਥੇ ਜਹਾਜ਼ ਰੁਕਿਆ ਹੋਇਆ ਅਤੇ ਉਹ ਫਿਰ ਕਹਿੰਦਾ ਕਰਕੇ ਬੋਟ ਕਿਰਾਏ 'ਤੇ ਵੀਰ ਸਾਡੇ ਆਏ ਮਿਲਣ ਸਮੁੰਦਰ ਵਿਚਕਾਰ ਸਾਨੂੰ ਭਾਰਤ ਵਰਸ਼ ਦੇ ਨਾਮ ਦੇ ਮਾਰ ਨਾਰੇ ਰਹੇ ਸਾਨੂੰ ਸਹਿਨਤਾਂ ਰਹੇ ਸਨ ਮਾਰ ਸਾਨੂੰ ਵੀ ਸਾਨੂੰ ਸਹਿਨਤਾਂ ਮਾਰ ਰਹੇ ਭਾਰਤ ਵਰਸ਼ ਬੰਦੇ ਮਾਤਰ ਨਾਰਾ ਹੁੰਦਾ ਨਹੀਂ ਗਦਰ ਪਾੜੇ ਉਹ ਲਾ ਰਹੇ ਆ ਇੱਕ ਕਿਹਾ ਗੋਰੇ ਹੱਕ ਮਾਰ ਸਾਨੂੰ ਵੀ ਤੁਸੀਂ ਇਹਨਾਂ ਮਿਲ ਨਹੀਂ ਸਕਦੇ ਕਹਿੰਦਾ ਅਸੀਂ ਕਿਹਾ ਸਾਂ ਕਿ ਜ਼ੁਲਮ ਕੀਤਾ ਕਿਹੜਾ ਹੁਕਮ ਕਿਉਂ ਲਾਇਆ ਸਰਕਾਰ ਸਾਨੂੰ ਐਡਾ ਕਿਹੜਾ ਜ਼ੁਲਮ ਕਰਤਾ ਐਨੀਵੇ ਮੈਂ ਛੋਟੀ ਕਰਦਾ ਗੱਲ ਫਿਰ ਕਾਮਾ ਘਾਟਾ ਮਾਰੂ ਲਿਆ ਕੇ ਇੱਥੇ ਬਰਾਡ ਇਨਲੈਟ ਦੇ ਵਿੱਚ ਖੜ੍ਹਾ ਕਰਤਾ ਜਾਂਦਾ ਸਟੈਨਲੇ ਪਾਸੇ ਚੜ੍ਹਦੇ ਪਾਸੇ ਅਤੇ ਲੰਮਾ ਹੋ ਕੇ ਇਸ ਮੈਂ ਥੋੜ੍ਹਾ ਨਹੀਂ ਸਾਂਝਾ ਕਰਦਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਨਾ ਕੋਚ ਉਹਨਾਂ ਦਾ ਇਹ ਸੀ ਵੀ ਜੇ ਜਾਣ ਤਾਂ ਇਹ ਸਿੱਧੇ ਅਪੀਲ ਕੋਰਟ ਵਿੱਚ ਜਾਣ ਸੁਪਰੀਮ ਕੋਰਟ ਵਿੱਚ ਨਾ ਜਾਣ ਕਿਉਂ ਸੁਪਰੀਮ ਕੋਰਟ ਦੇ ਵਿੱਚ ਸਾਡੇ ਜਿੱਤਣ ਦੇ ਬਹੁਤ ਚਾਂਸਿਸ ਸੀ ਜਿਹੜਾ ਰੌਬੀ ਰੀਡ ਆ ਕੈਨੇਡੀਅਨ ਵਕੀਲ ਜਿਹੜੀ ਮੈਂ ਗੱਲ ਕੀਤੀ ਇਨਸਾਈਡ ਸਟੋਰੀ ਉਹ ਦੱਸਦਾ ਸਾਰੀਆਂ ਗੱਲਾਂ ਵੀ ਕੀ ਤਰੀਕੇ ਵਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਹੀ ਜੇ ਕਿ ਇਹ ਚਲਾ ਗਿਆ ਸੁਪਰੀਮ ਕੋਰਟ ਵਿੱਚ ਤਾਂ ਇਹ ਨਹੀਂ ਜਿੱਤ ਜਾਣਾ ਅਸੀਂ ਹਾਰ ਜਾਣਾ ਸਿੱਧੇ ਅਪੀਲ ਕੋਰਟ ਵਿੱਚ ਜਾਵੇਗੇ ਅਪੀਲ ਕੋਰਟ ਵਿੱਚ ਜਾ ਨਹੀਂ ਸਕਦਾ ਕਿਉਂਕਿ ਸੁਪਰੀਮ ਕੋਰਟ ਵਿੱਚ ਜੇ ਕੇਸ ਜਾਵੇ ਤਾਂ ਹੀ ਉਹ ਅਪੀਲ ਕੋਰਟ ਜਾਊਗਾ ਨਾ ਅਤੇ ਫਿਰ ਨਹੀਂ ਮਿਸਟਰ ਬਰਡ ਸੀ ਜਿਹੜਾ ਸਾਡਾ ਵਕੀਲ ਉਹਦੇ ਕੋਲ ਲਿਖਾ ਲਿਆ ਸੀ ਕਿ ਤੂੰ ਬਹਿਸ ਨਹੀਂ ਕਰੇਗਾ ਜਾਣ ਕੇ ਕੇਸ ਹਾਰੇਗਾ ਵਿਚਾਰਾ ਕੀ ਕਰ ਰਿਹਾ ਉਹਨੂੰ ਲਿਖ ਕੇ ਦੇਣਾ ਪਿਆ ਬਹਿਸ ਨਾ ਕਿ ਹਾਰ ਗਿਆ ਸੀ ਜਾਣ ਕੇ ਫਿਰ ਇੱਕ ਇਹ ਵੀ ਚਾਲ ਚੱਲੀ ਨਹੀਂ ਕਿ ਕਿਸ਼ਤ ਨਾ ਉਤਾਰ ਸਕਣ ਜਹਾਜ਼ ਦੀ ਵੀ ਜੇ ਜਹਾਜ਼ ਦੀ ਕਿਸ਼ਤ ਨਹੀਂ ਉਤਾਰ ਦਿੱਤਾ ਫਿਰ ਜਪਾਨੀਆਂ ਨੇ ਆਪਣਾ ਜਹਾਜ਼ ਵਾਪਸ ਲੈ ਜਾਣਾ ਉਸ ਮੌਕੇ ਸਾਡੇ ਬੰਦਿਆਂ ਨੇ 31 ਮਈ 1914 ਨੂੰ ਇੱਕ ਮੀਟਿੰਗ ਕੀਤੀ ਸੀ ਇੱਥੇ ਡਾਊਨਟਾਊਨ ਚ ਬੈਂਕੋਕ ਦੇ ਵਿੱਚ ਉਹ ਹਾਲ ਹੈ ਮੈਂ ਦੇਖਿਆ ਸੀ 75ਵੀਆਂ ਨਹੀਂ ਵੈਸੇ ਮੇਰੇ ਕੋਲ ਫੋਟੋ ਵੀ ਹੈਗੀਆਂ ਨੇ ਉਹਦੀਆਂ ਉੱਥੇ ਮੀਟਿੰਗ ਕੀਤੀ ਉੱਥੇ ਹੌਪਕਿੰਸਨ ਵਿੱਚ ਬੈਠਾ ਸੀ ਆਈ ਡੀ ਦਾ ਅਫਸਰ ਇਹ ਦੱਸਦਾ ਇਹਦੀ ਲਿਖੀ ਹੋਈ ਆ ਉਹ ਰਿਪੋਰਟ ਜੋ ਪੈਸੇ ਇਕੱਠੇ ਕਰਨ ਲਈ ਮੰਗਦੇ ਆ ਕਹਿੰਦਾ ਉਹ ਕਹਿੰਦਾ ਅਪੀਲ ਕੀਤੀ ਕਹਿੰਦਾ ਫਿਰ ਜਿਹੜੇ ਪਿੱਛੇ ਸਿੱਖ ਬੈਠੇ ਕਹਿੰਦਾ ਉੱਠ ਕੇ ਕੋਈ 10 ਰੁਪਈਏ ਕੋਈ 20 ਰੁਪਏ ਕੋਈ 50 ਰੁਪਏ ਕੋਈ 100 ਰੁਪਏ ਰੱਖਣ ਡਾਲਰ ਰੱਖਣ ਲੱਗ ਪਿਆ ਇਹ ਕਹਿੰਦਾ ਸਿੱਖ ਉੱਠਿਆ 2000 ਕਹਿੰਦਾ ਕੱਢ ਕੇ ਰੱਖਤਾ ਦੇਖੋ ਉਸ ਜ਼ਮਾਨੇ 2000 $66 ਕਹਿੰਦਾ ਕੈਸ਼ ਇਕੱਠਾ ਹੋ ਗਿਆ 66,000 ਲੋਕਾਂ ਨੇ ਜਿਹੜੇ ਇੱਥੇ ਜ਼ਮੀਨਾਂ ਲਈਆਂ ਉਹਦੇ ਕਹਿੰਦੇ ਅਸੀਂ ਤੁਹਾਨੂੰ ਦੇਵਾਂਗੇ ਉਹਦੇ ਕਾਗਜ਼ਾਤ ਜਿਹੜੀਆਂ ਮੈਂ ਡੀਲ ਹੈਗੀਆਂ ਉਹ ਦੇਵਾਂਗੇ ਕਈ ਜਿਹੜੇ ਮੇਰੇ ਆ ਗਏ ਜਿਹਨਾਂ ਕੋਈ ਪੈਸਾ ਹੈ ਹੀ ਨਹੀਂ ਕੋਈ ਇੱਥੇ ਉਹ ਕਹਿੰਦੇ ਸਾਡੀ ਜਿਹੜੀ ਇੰਡੀਆ ਵਿੱਚ 2 ਕਰੋੜ ਜ਼ਮੀਨ 4 ਕਰੋੜ ਉਹ ਹੀ ਦਿੰਦੇ ਹਾਂ ਸੋ ਇਸ ਕਿਸੇ ਜੋ ਸੀ ਲੋਕਾਂ ਨੇ ਕੀਤਾ ਸੋ ਐਨੀ ਵੇ ਮੈਂ ਗੱਲ ਕਰ ਜਦੋਂ ਫਿਰ ਜਦੋਂ ਗਿਆ ਨਾ ਅਪੀਲ ਵਿੱਚ ਉੱਥੇ ਵੀ ਕੇਸ ਸਾਡੇ ਫੈਸਲਾ ਵਿਰੁੱਧ ਹੋ ਗਿਆ ਜਿਹੜੇ ਮੁਸਾਫਰ ਸੀ ਜਿਹੜੇ ਭੁੱਖੇ 'ਤੇ ਆਏ ਸੀ ਉਹ ਕਹਿੰਦੇ ਅਸੀਂ ਕਿਹਾ ਮੁੜ ਜਾਵਾਂਗੇ ਦੇਵੋ ਰਾਸ਼ਨ ਸੱਚੇ ਕਰੋ ਖਾ ਕੌਲ ਇਕਰਾਰ ਸਾਨੂੰ ਕਿਵੇਂ ਪਹੁੰਚਾਂਗੇ ਰਾਸ਼ਨ ਕੋਲ ਹੈ ਨਹੀਂ ਲੰਮਾ ਪੰਧ ਜਪਾਨ ਵਿਚਕਾਰ ਸਾਨੂੰ ਜਿਹੜੇ ਮੁਸਾਫਰ ਨੇ ਉਹ ਬੇਨਤੀ ਕਰਦੇ ਕਿ ਰੱਬ ਦਾ ਵਾਸਤਾ ਸਾਨੂੰ ਪਾਣੀ ਦੇ ਦੇਵੋ ਰਾਸ਼ਨ ਦੇ ਦੇਵੋ ਅਸੀਂ ਵਾਪਸ ਮੁੜ ਜਾਂਦੇ ਹਾਂ ਪਰ ਜਿਹੜੀ ਕੈਨੇਡੀਅਨ ਸਰਕਾਰ ਆ ਜਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਹੌਪਕਿੰਸਨ ਆ ਉਹ ਬਦੀ ਉੱਤੇ ਤੁਲੇ ਹੋਏ ਨੇ ਜ਼ੁਲਮ ਕਰਨ ਉੱਤੇ ਤੁਲੇ ਹੋਏ ਨੇ ਉਹ ਕਹਿੰਦੇ ਕਿਉਂਕਿ ਉਹ ਤਾਂ ਸਬਕ ਸਿਖਾਇਆ ਚਾਹੁੰਦੇ ਹਿੰਦੂਆਂ ਨੂੰ ਵੀ ਕਦੀ ਮੁੜ ਕੇ ਦਿਨ ਨਾ ਹੁਣ ਉਹ ਫਿਰ ਹਮਲਾ ਕਰਦੇ ਉਹਨਾਂ ਦੇ ਪਲੈਨ ਇਹ ਆ ਉਹ ਲੈਣਾ ਨੇ ਕਹਿੰਦਾ ਇੱਕ ਭੁੱਖ ਪਿਆਸ ਦੇ ਮਾਰੇ ਹੋਏ ਸਾਂ ਹੋਰ ਦੁੱਖ ਪੈ ਗਿਆ ਬੇਸ਼ੁਮਾਰ ਸਾਨੂੰ ਅੱਧੀ ਰਾਤ ਵੇਲੇ ਤਾਵਾ ਉੱਠ ਕੀਤਾ ਕਹਿਣ ਛੱਡਣਾ ਨਹੀਂ ਦੇਣਾ ਮਾਰ ਸਾਨੂੰ ਜਿਹੜਾ ਹੀਦ ਭਾਸ਼ੀ ਹਫਕਿਨ ਸਨ ਅੱਗੇ ਹੋ ਆ ਕਹੇ ਲਲਕਾਰ ਸਾਨੂੰ ਅਬ ਤੋਂ ਖਾਤਮਾ ਹੋ ਗਿਆ ਇਸੀ ਥਾਂ 'ਤੇ ਹੱਥੀਂ ਆਪ ਪਹਿਲੀ ਗੋਲੀ ਮਾਰ ਸਾਨੂੰ ਉਹ ਮਤਲਬ ਰਾਤ ਨੂੰ ਹਮਲਾ ਕਰਦੇ ਨੇ ਜਿਹੜਾ ਸੀ ਲਾਈਨ ਜਹਾਜ਼ ਇੱਥੇ ਖੜ੍ਹਾ ਜੇ ਬੈਨਕੋਟ ਦੇ ਵਿੱਚ ਸੀ ਲਾਈਨ ਜਹਾਜ਼ ਉਹ ਖੜ੍ਹਾ ਹੈ ਇਹ ਤਾਂ ਸਵਾਰ ਹੋ ਕੇ ਹਮਲਾ ਕਰਦੇ ਨੇ ਲੇਕਿਨ ਜਿਹੜੇ ਮੁਸਾਫਰ ਨੇ ਹੈਂ ਉਹ ਮੁਕਾਬਲਾ ਕਰਦੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਮੁੰਦਰ 'ਚ ਭੁੱਖ ਪਿਆਸ ਨਾ ਮਰੀਏ ਇੱਥੇ ਲੜ ਕੇ ਮਰਾਂਗੇ ਉਹ ਲਾਈਨਾਂ ਨੇ ਜਦੋਂ ਵਿੱਚ ਜਹਾਜ਼ ਦੇ ਵੜਨ ਲੱਗੇ ਰੋਕ ਦਿੱਤੇ ਮਤਾਂ ਕਰਸਨ ਖੁਆਰ ਸਾਨੂੰ ਇਹੋ ਸੋਚ ਕੇ ਖਾਲਸਾ ਤਿਆਰ ਹੋਇਆ ਕਰਨੇ ਕੋਲਿਆਂ ਦੇ ਪਏ ਵਾਰ ਸਾਨੂੰ ਹਿੰਦੂ ਸਿੱਖ ਉੱਠੇ ਬੱਚੇ ਗਾਜ਼ੀਆਂ ਦੇ ਯਾਰੋ ਖੂਨ ਆਇਆ ਜੋਸ਼ ਮਾਰ ਸਾਨੂੰ ਉੱਠੇ ਸ਼ੇਰ ਜਵਾਨ ਪਠਾਣ ਵਾਂ ਕੇ ਅੱਗੇ ਹੋ ਲੜਦੇ ਧੱਕੇ ਮਾਰ ਸਾਨੂੰ ਜਿਹੜੇ ਮੁਸਲਮਾਨ ਮੁਸਾਫਰ ਨੇ ਕਾਮਾ ਘਾਟਾ ਮਾਰੂ ਉੱਤੇ ਉਹ ਆਪਣੇ ਹਿੰਦੂ ਅਤੇ ਸਿੱਖ ਵੀ ਇਹਨੂੰ ਪਿੱਛੇ ਧੱਕ ਧੱਕ ਆਪ ਅੱਗੇ ਹੋ ਲੜਦੇ ਨੇ
ਉੱਠੇ ਸ਼ੇਰ ਜਵਾਨ ਪਠਾਣਾ ਵਾਂਗ ਕੇ ਅੱਗੇ ਹੋ ਲੜਦੇ ਧੱਕੇ ਮਾਰ ਸਾਨੂੰ ਅਸਾਂ ਰੱਖਿਆ ਸੀਸ ਨੂੰ ਤਲੀ ਉੱਤੇ ਕਿਹੜਾ ਸਕਦਾ ਸੀ ਭਲਾ ਮਾਰ ਸਾਨੂੰ ਜ਼ਖਮੀ ਹੋ ਗਿਆ ਕਈ ਜਵਾਨ ਭਾਵੇਂ ਇਹ ਪਰ ਜਿੱਤ ਦਿੱਤੀ ਉਸ ਕਰਤਾਰ ਲੱਤਾਂ ਬਾਹਾਂ ਤੋੜਤੀਆਂ ਇਹਦੀਆਂ ਅਤੇ ਅਗਲੇ ਦਿਨ ਬੈਨਕ ਉਹਦੀਆਂ ਅਖਬਾਰਾਂ ਸੁਰਖੀਆਂ ਲੱਗਦੀਆਂ ਦਿਸ ਇਜ਼ ਡਿਫਰੈਂਟ ਕਲਾਸ ਆਫ ਹਿੰਦੂ ਉਸ ਉਹਦੇ ਹਿੰਦੂ ਉਹੀ ਹੁੰਦੇ ਜਿਹਨੇ ਸਵਾਹ ਮਰੀ ਹੁੰਦੀ ਪਿੰਡਿਆਂ 'ਤੇ ਵੀ ਇਹ ਕਿਹੜੇ ਲੜਨ ਵਾਲੇ ਆ ਪਤਾ ਲੱਗਾ ਜਾਂ ਫਿਰ ਮੇਰੇ ਪੱਸੀਆਂ ਤੋੜਤੀਆਂ ਅਗਲੇ ਨੇ ਕਿ ਫੌਜੀ ਸੀ ਬਹੁਤੇ ਅਤੇ ਸੋ ਇਸ ਤਰ੍ਹਾਂ ਦਾ ਕਾਮਾ ਘਾਟਾ ਮਰੂਦਾ ਅਤੇ ਮੈਂ ਆਖਰੀ ਲਾਈਨ ਤੁਹਾਨੂੰ ਸ਼ੇਅਰ ਕਰਦਾ ਜਦੋਂ ਫਿਰ ਜਹਾਜ਼ ਕਾਮਾ ਘਾਟਾ ਮਰੂ ਵਾਪਸ ਮੁੜਦਾ ਨਾ ਇੱਥੇ ਹੁਣ ਆਹ ਫਸਟ ਨੈਰੋ ਆ ਇੱਥੇ ਸੀ ਲਾਈਨ ਬ੍ਰਿਜ ਬਣਿਆ ਹੋਇਆ ਨਾ ਲਾਇਨਸ ਗੇਟ ਬ੍ਰਿਜ ਇਹ ਬ੍ਰਿਜ ਨਾ ਸੀ ਹੁੰਦਾ ਇਹ ਤਾਂ 1936 'ਚ ਬਣਿਆ ਨਾ ਪਹਿਲਾਂ ਬ੍ਰਿਜ ਨਾ ਸੀ ਹੁੰਦਾ ਸੋ ਇੱਥੋਂ ਲੰਘ ਰਿਹਾ ਜਹਾਜ਼ ਸਵੇਰ ਨੂੰ ਅਤੇ ਆਪਣੇ ਜਿਹੜੇ ਹਿੰਦੁਸਤਾਨੀ ਜਿਹੜੇ ਇੱਥੇ ਤਾਂ ਬੈਨਕੋਚ ਰਹਿੰਦੇ ਇਹ ਕੰਢੇ 'ਤੇ ਖੜ੍ਹੇ ਸਟੈਨਲੇ ਪਾਰਕ 'ਚ ਉਹ ਡੈਕ ਉੱਤੇ ਖੜ੍ਹੇ ਜਹਾਜ਼ ਇਹਨਾਂ ਨੂੰ ਸੰਬੋਧਨ ਕਹਿੰਦੇ ਸਾਡੇ ਵੀਰ ਨੂੰ ਤੁਸਾਂ ਬੇਫਿਕਰ ਰਹਿਣਾ ਅਸੀਂ ਆਪਣੇ ਹੱਥ ਦਿਖਲਾ ਦੇਵਾਂਗੇ ਚੁੱਪ ਚਾਪ ਨਹੀਂ ਬੈਠਦੇ ਦੇਖ ਲੈਣਾ ਆਫਤ ਕੋਈ ਨਾ ਕੋਈ ਲਿਆ ਦੇਵਾਂਗੇ ਅਸੀਂ ਤਲੀ ਪਰ ਰੱਖਿਆ ਸੀਸ ਆਪਣਾ ਕਿਹੜਾ ਹਿੰਦ ਵਿੱਚ ਗਦਰ ਮਚਾ ਦੇਵਾਂਗੇ ਸਾਨੂੰ ਵਿੱਚ ਮੈਦਾਨ ਦੇ ਖੜ੍ਹੇ ਸਮਝੋ ਵੈਰੀ ਬੱਕਰੇ ਵਾਂਗ ਝਟਕਾ ਦੇਵਾਂਗੇ ਹਿੰਦੂ ਮੁਸਲਮਾਨ ਸਿੱਖ ਰਲ ਸਾਰੇ ਬੇਈਮਾਨ ਦਾ ਤੁਖ ਮਿਟਾ ਦੇਵਾਂਗੇ ਵੀ ਛੱਡਦੇ ਨੂੰ ਕਹਿੰਦਾ ਅਸੀਂ ਹਿੰਦੂ ਸਿੱਖ ਮੁਸਲਮਾਨ ਸਾਰੇ ਇਕੱਠੇ ਹੋ ਕੇ ਅਸੀਂ ਦੇਸ਼ ਦੀ ਆਜ਼ਾਦੀ ਲੜਾਂਗੇ ਸੋ ਇਸ ਕਿਸਮ ਦਾ ਮਤਲਬ ਸਾਡਾ ਹੈਗਾ ਕਾਮਾ ਘਾਟਾ ਮਰੂ ਦਾ ਬੜਾ ਵੱਡਾ ਚੈਪਟਰ ਆ ਇਹਦੇ ਬਾਰੇ ਲੋਕਾਂ ਨੂੰ ਪਤਾ ਨਾ ਚਾਹ ਕਿਸ ਕਿਸਮ ਧੱਕਾ ਹੋਇਆ ਕਾਹ 'ਤੇ ਹੋਇਆ ਦੇਖੋ ਆਪਣਾ ਵਿਰਸਾ ਜਿਹੜਾ ਨਾ ਉਹਨੂੰ ਜਾਣਨਾ ਮੇਰੇ ਖਿਆਲ ਇਨਸਾਨ ਦੇ ਜ਼ਰੂਰੀ ਆ ਤੁਸੀਂ ਉਹ ਤੋਂ ਇੰਸਪੀਰੇਸ਼ਨ ਲੈਂਦੇ ਹੋ ਆਪਣੇ ਨੁਕਸ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਸਿਫਤਾਂ ਵੀ ਪਤਾ ਹੋਣੀਆਂ ਚਾਹੀਦੀਆਂ ਜਦੋਂ ਸਾਡੇ ਸਿੱਖ ਆ ਸਾਡੇ ਗੁਰੂ ਸਾਹਿਬ ਨੇ ਕੀ ਕੁਛ ਕੀਤਾ ਜੀ ਸਾਡੀ ਖਾਤਰ ਉਹਨੇ ਜਾਤ ਪਾਤ ਖਤਮ ਨੂੰ ਕਰਨ ਕੀਤਾ ਔਰਤਾਂ ਉੱਤੇ ਚੱਕਣ ਦੀ ਗੱਲ ਕੀਤੀ ਲੇਕਿਨ ਸਮਾਂ ਪਾ ਕੇ ਜਾਤ ਪਾਤ ਦੀ ਆਪਾਂ ਗੱਲ ਕਰਦੇ ਹਾਂ ਸਾਡੇ ਸਿੱਖ ਕਿੱਥੇ ਚਲੇ ਗਏ ਅੰਮ੍ਰਿਤਸਰ ਦੇ ਵਿੱਚ ਜਿਹੜੇ ਨੀਵੀਆਂ ਜਾਤਾਂ ਦੇ ਲੋਕ ਸੀ ਇਹਨਾਂ ਦਾ ਪ੍ਰਸ਼ਾਦ ਨਹੀਂ ਕਬੂਲ ਕੀਤਾ ਜਾਂਦਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਅਦ ਲਿਖ ਕੇ ਲਾਇਆ ਹੁੰਦਾ ਸੀ ਕਿ 9 ਵਜੇ ਤੋਂ ਬਾਅਦ ਕੋਈ ਵੀ ਨੀਵੀਂ ਜਾਤ ਦਾ ਬੰਦਾ ਪਹਿਲਾਂ ਨਹੀਂ ਆਏਗਾ ਜਦੋਂ ਆਮ ਲੋਕ ਜਾਂਦੇ ਉਸ ਵੇਲੇ ਨਹੀਂ ਜਾਏਗਾ ਲੇਕਿਨ ਬਾਅਦ ਵਿੱਚ ਜਦੋਂ ਗੁਰਦੁਆਰੇ ਯਾਦ ਕਰਵਾਏ ਸਾਡੇ ਅਕਾਲੀਆਂ ਨੇ ਉਹ ਤੋਂ ਬਾਅਦ ਸਾਰਾ ਕੁਝ ਠੀਕ ਹੋਇਆ ਸੋ ਸਾਨੂੰ ਆਪਣੇ ਵਿਰਸੇ ਦਾ ਪਤਾ ਹੋਣਾ ਚਾਹੀਦਾ ਗਲਤੀਆਂ ਦਾ ਵੀ ਪਤਾ ਹੋਣਾ ਚਾਹੀਦਾ ਹੁਣ ਆਪਾਂ ਫੌਜ ਵਿੱਚ ਹਾਂ ਦੇਖੋ ਨਾ ਫੌਜ ਦੇ ਵਿੱਚ ਸਾਡੀਆਂ ਸਿੱਖਾਂ ਦੀਆਂ 2 ਲੜਾਈਆਂ ਹੋਈਆਂ ਅੰਗਰੇਜ਼ਾਂ ਨਾਲ ਪੰਜਾਬ ਆਖਰੀ ਸਟੇਟ ਜਿਹੜੀ ਅੰਗਰੇਜ਼ਾਂ ਨੇ ਜਿੱਤੀ ਹੈ ਬਾਕੀ ਸਾਰੇ ਹਿੰਦੁਸਤਾਨ 'ਤੇ ਅੰਗਰੇਜ਼ਾਂ ਦਾ ਕਬਜ਼ਾ ਲੇਕਿਨ ਸਿੱਖ ਸਟੇਟ ਜਿਹੜੀ ਪੰਜਾਬ ਦੇ ਵਿੱਚ ਰਣਜੀਤ ਸਿੰਘ ਦੀ ਉਹ ਇੱਕ ਇੰਡੀਪੈਂਡੈਂਟ ਸਟੇਟ ਸੀ ਹਿੰਦੁਸਤਾਨ ਦੀ ਇੱਕੋ ਇੱਕ ਸਟੇਟ ਉਹ ਅੰਗਰੇਜ਼ਾਂ ਨੇ ਜਿੱਤੀ ਕਿੰਝ ਜਿੱਤੀ ਅੰਗਰੇਜ਼ਾਂ ਨੇ ਕਿਉਂ ਜਿੱਤੀ ਉਹ ਸਾਰਾ ਕੁਝ ਸਾਨੂੰ ਪਤਾ ਹੋਣਾ ਚਾਹੀਦਾ ਕਿਸ ਤਰ੍ਹਾਂ ਜਿੱਤੀ ਕੀ ਗਦਾਰੀਆਂ ਕੀਤੀਆਂ ਕਿਹਨਾਂ ਲੋਕਾਂ ਨੇ ਕੀਤੀਆਂ ਫਿਰ ਅਸੀਂ ਅੰਗਰੇਜ਼ਾਂ ਦੀ ਫੌਜ 'ਚ ਭਰਤੀ ਹੋ ਗਏ ਉਹਨਾਂ ਅੰਗਰੇਜ਼ਾਂ ਦੀ ਫੌਜ ਵਿੱਚ ਜਿਨ੍ਹਾਂ ਨੇ ਸਾਨੂੰ ਸਾਡਾ ਰਾਜ ਖੋਇਆ ਸਾਡੇ ਕੋਲ ਜਿਹੜੇ ਸਾਡੇ ਮਹਾਰਾਜਾ ਦਲੀਪ ਸਿੰਘ ਚੁੱਕ ਕੇ ਲਗਾਇਆ ਜਿਹਨੂੰ ਈਸਾਈ ਬਣਾਇਆ ਸੀ ਉਹਨੇ ਜਾ ਕੇ ਸਾਡੀ ਮਹਾਰਾਣੀ ਨੂੰ ਦਲੀਪ ਜਿੰਦ ਕੌਰ ਨੂੰ ਲਗਾਇਆ ਜਿੰਦਾਂ ਨੂੰ ਚੁੱਕ ਕੇ ਲਗਾਇਆ ਸੀ ਅਸੀਂ ਉਹਨਾਂ ਦੀ ਫੌਜ ਵਿੱਚ ਭਰਤੀ ਹੋ ਗਏ 1857 ਦੇ ਗਦਰ ਵਿੱਚ ਅਸੀਂ ਅੰਗਰੇਜ਼ਾਂ ਦੀ ਮਦਦ ਕੀਤੀ ਬਾਕੀ ਦੁਨੀਆਂ ਨੂੰ ਜਿੱਤਣ ਦੇ ਵਿੱਚ ਅਸੀਂ ਅੰਗਰੇਜ਼ਾਂ ਦੀ ਮਦਦ ਕੀਤੀ ਦੇਖੋ ਨਾ ਸਾਡੇ ਸਿੱਖ ਗੁਰੂ ਸੀ ਉਹ ਤਾਂ ਇਹ ਕਹਿੰਦੇ ਸੀ ਕਿ ਭਾਈ ਇਕੱਲੇ ਆਪਣੇ ਲਈ ਬਾਕੀ ਦੁਨੀਆਂ ਨੇ ਵੀ ਲੜੋ ਇਨਸਾਫ ਲਈ ਲੜੋ ਸਾਰੀ ਮਨੁੱਖਤਾ ਲਈ ਲੜੋ ਹੈਂ ਬਾਬੇ ਤਾਰੇ ਚਾਰ ਚੱਕ ਜਾਂ ਬਾ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਸਾਰੀ ਦੁਨੀਆਂ ਦੀ ਗੱਲ ਕਰਦੇ ਹਾਂ ਨਾ ਲੇਕਿਨ ਅਸੀਂ ਲੋਕਾਂ ਨੂੰ ਗੁਲਾਮ ਬਣਾਉਣ ਲੱਗ ਪਏ ਤੁਹਾਨੂੰ ਪਤਾ ਹੋਈ ਜਦੋਂ ਗਦਰ ਪਾਰਟੀ ਇੱਥੋਂ ਗਈ ਆ ਨਾ ਉਸ ਵੇਲੇ ਸਾਡੇ ਦਰਬਾਰ ਸਾਹਿਬ ਤੋਂ ਹੁਕਮਨਾਮਾ ਕੱਢਤਾ ਸੀ ਕਿ ਜਿਹੜੇ ਲੋਕ ਹੈ ਇਹ ਸਿੱਖ ਨਹੀਂ ਹੈਗੇ ਆ ਸਿੱਖ ਨੇ ਇਹਨਾਂ ਨੂੰ ਫੜਾਓ ਫਿਰ ਸਾਡੇ ਸਿੱਖਾਂ ਨੇ ਇਹ ਵੀ ਕੰਮ ਕੀਤੇ ਸੀ 1914 'ਚ ਲੜਾਈ ਹੋਈ ਸਾਡੇ ਜਿਹੜੇ ਕਈ ਸਿੱਖ ਸੀ ਇੱਥੋਂ ਤੱਕ ਗਿਰ ਗਏ ਸੀ ਨਿਗਰ ਗਏ ਸੀ ਉਹ ਉਹਨੇ ਇਹ ਵੀ ਕਹਿ ਤਾ ਕਿ ਅਸੀਂ ਅੰਗਰੇਜ਼ਾਂ ਦੇ ਮਲਮ ਪੱਟੀ ਲਈ ਆਪਣੀਆਂ ਵਿਦਿਆਰਥਣਾਂ ਭੇਜਾਂਗੇ ਉਹਨੇ ਸੇਵਾ ਕਰਨਗੀਆਂ ਫਿੱਟ ਲਾਂਤ ਪਾਈ ਸੀ ਉਹਨਾਂ ਨੂੰ ਇਹ ਤੇਜਾ ਸਿੰਘ ਦੇ ਪਸੌੜੀ ਆ ਮੈਂ ਉਹਦੀ ਗੱਲ ਆ 1919 ਵਿੱਚ ਜਲਿਆਂ ਵਾਲੇ ਬਾਗ ਜੋ ਘਟਨਾ ਹੋਈ 1919 ਦੇ ਵਿੱਚ ਜਲਿਆਂ ਵਾਲੇ ਬਾਗ ਦੇ ਵਿੱਚ ਜਿਹੜਾ ਸੀ ਉਹ ਡਾਇਰ ਉਹਨੇ ਗੋਲੀਆਂ ਚਲਾ ਕੇ ਸੈਂਕੜੇ ਬੰਦੇ ਮਾਰਤੇ ਲੇਕਿਨ ਸਿੱਖਾਂ ਨੇ ਕੀ ਕੀਤਾ ਉਸ ਮੌਕੇ ਲੀਡਰਾਂ ਨੇ ਉਹਨੂੰ ਦਰਬਾਰ ਸੱਦ ਕੇ ਸਿਰੋਪਾ ਦਿੱਤਾ ਉਹਨੂੰ ਅੰਮ੍ਰਿਤ ਛਕਾਇਆ ਸੀ ਉਹਨੂੰ ਲੇਕਿਨ ਜਿਹੜੇ ਅਸਲੀ ਸਿੱਖ ਸੀ ਗੁਰੂ ਸਾਹਿਬ ਦਾ ਉਹਨਾਂ ਨੂੰ ਆਪਣਾ ਵਿਰਸਾ ਪਤਾ ਹੋਣਾ ਚਾਹੀਦਾ ਕਿ ਸਾਡਾ ਵਿਰਸਾ ਕੀ ਅਸੀਂ ਇਹ ਕੰਮ ਕਰਨ ਜੰਮੇ ਹਾਂ ਗੁਰੂ ਸਾਹਿਬ ਨੇ ਸਿੱਖ ਬਣਾਇਆ ਸੀ ਜੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਸ਼ਹੀਦ ਕਰਵਾਇਆ ਸੀ
ਜਿਹੜੇ ਗੁਰੂ ਸਾਹਿਬ ਦੇ ਸਕਿਆਂ ਵਿੱਚੋਂ ਸੀ ਨਾ ਹੋਰ ਬੰਦੇ, ਜਿੱਦਾਂ ਜਿਹਨਾਂ ਮੀਣੇ ਕਹਿੰਦੇ ਨੇ, ਗੁਰੂ ਅਰਜਨ ਦੇ ਭਰਾ ਦੀ ਔਲਾਦ ਪਿਰਥੀ ਚੰਦ ਦੀ, ਧੀਰ ਮੱਲੀਏ, ਧੀਰ ਮੱਲ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਰਾ ਸੀ ਕਰਤਾਰਪੁਰ ਜਿਹੜਾ ਜਲੰਧਰ ਦੇ ਕੋਲ ਆ, ਉਹ ਵੀ ਗੁਰੂ ਕਹਾਉਂਦੇ ਸੀ, ਰਾਮ ਰਾਏ ਗੁਰੂ ਕਹਾਉਂਦਾ ਸੀ। ਇਹ ਜਿਹੜੇ ਤਿੰਨੇ ਗੁਰੂ ਕਹਾਉਂਦੇ, ਤਿੰਨੇ ਮੀਣੇ, ਧੀਰ ਮੱਲੀਏ, ਰਾਮ ਰਾਈਏ, ਇਹਨਾਂ ਨੂੰ ਜਗੀਰਾਂ ਦਿੰਦੇ ਸੀ, ਮੁਗਲ ਬਾਦਸ਼ਾਹ ਕਾਹਦੇ ਦਿੰਦੇ ਸੀ, ਇਸ ਕਰਕੇ ਕਿ ਇਹ ਉਹਨਾਂ ਨੇ ਬਣਾ ਕੇ ਰੱਖਦੇ, ਉਹਨਾਂ ਦਾ ਵਿਰੋਧ ਨਹੀਂ ਕਰਦੇ। ਅਤੇ ਗੁਰੂ ਗੋਬਿੰਦ ਸਿੰਘ ਹੁਣੀ ਸੀ ਇਹ ਵਿਰੋਧ ਕਰਦੇ ਸੀ, ਇਸੇ ਕਰਕੇ ਇਹਨਾਂ ਨੂੰ ਇਹਨਾਂ ਵਿੱਚ ਗੀੜਾ ਮਰ ਸਕਦੇ, ਸਿਰਫ ਆਲ ਦੇ ਹੈਵ ਟੂ ਡੂ, ਆਪਣਾ ਮੂੰਹ ਬੰਦ ਰੱਖਣ ਦੀ ਲੋੜ ਸੀ, ਲੇਕਿਨ ਇਹ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਂਦੇ ਸੀ, ਇਸ ਕਰਕੇ ਇਹਨਾਂ ਨੂੰ ਆਪਣਾ ਪਰਿਵਾਰ ਸ਼ਹੀਦ ਕਰਾਉਣਾ ਪਿਆ ਗੁਰੂ ਸਾਹਿਬ ਨੂੰ। ਫਿਰ ਸਿੱਖਾਂ ਨੂੰ ਦੇਖਣਾ ਚਾਹੀਦਾ ਕਿੱਥੇ ਸਾਡਾ ਉਹ ਵਿਰਸਾ ਹੋਣਾ, ਅਸੀਂ ਆਹ ਸਾਰਾ ਗੜੀ ਦੀ ਗੱਲ ਚੱਕ ਚੁੱਕੇ ਕਰਦੇ ਹਾਂ, ਸਾਰਾ ਗੜੀ ਸਾਡੇ ਸ਼ਹੀਦ, ਉਹ ਕਾਹਦੇ ਹੋਏ ਸ਼ਹੀਦ, ਕਾਹਦੀ ਸ਼ਹੀਦੀ ਸੀ, ਠੀਕ ਹੈ ਬਹਾਦਰੀਆਂ ਲੜੇ, ਕਾਹਦੀ ਖਾਦ ਬਹਾਦਰੀ ਨਾਲ ਲੜੇ, ਸਾਰਾ ਗੜੀ ਦੇ ਲੜੇ ਸਾਡੇ ਅੰਗਰੇਜ਼ਾਂ ਖਾਤੇ ਲੜੇ, ਇਹ ਜੀ ਮੁਸਲਮਾਨ ਸੀਗੇ, ਉਹ ਲੱਗਦੇ ਹੋ ਮੁਸਲਮਾਨਾਂ ਦੇ, ਉਹ ਹਾਏ ਗੱਲ ਅੰਗਰੇਜ਼ ਚਾਹੁੰਦੇ ਮੁਸਲਮਾਨ ਹਿੰਦੂ ਸਿੱਖ ਦਾ ਪਾੜਾ ਪਾ ਕੇ, ਹਿੰਦੁਸਤਾਨੀ ਸੀ ਉਹ ਜਿਹੜੇ ਪਠਾਨ ਸੀ ਉਹ ਜਿਹੜੇ ਲੜ ਰਹੇ ਸੀ, ਉਹ ਹਿੰਦੁਸਤਾਨੀ ਸੀ, ਸਾਡਾ ਨੌਰਥ ਵੈਸਟ ਫਰੰਟੀਅਰ ਸੂਬਾ ਨਾ ਪਾਕਿਸਤਾਨ ਦਾ ਅੱਜ ਕੱਲ੍ਹ, ਉੱਥੋਂ ਦੇ ਸੀ ਉਹ, ਪਿਸ਼ਾਵਰ ਦੇ ਇਲਾਕੇ ਦੇ, ਉਹ ਹਿੰਦੁਸਤਾਨੀ ਸੀ, ਉਹ ਅੰਗਰੇਜ਼ਾਂ ਦੇ ਕਾਬੂ ਨਹੀਂ ਸੀ ਆ ਰਹੇ, ਅਸੀਂ ਉਹਨਾਂ ਨੂੰ ਲੜ ਰਹੇ ਉਹਨਾਂ ਦੀ ਖਾਤਰ। ਸੋ ਮੇਰੇ ਕਹਿਣ ਦਾ ਮਤਲਬ ਜਿਹੜੇ ਫੌਜ ਜਾਂ ਹਾਂਗਕਾਂਗ ਦੇ ਵਿੱਚ ਲੜਦੇ ਸੀ, ਜਿਹੜੇ ਸਾਡੇ ਗਦਰ ਪਾਰਟੀ ਵਾਲੇ ਸੀ, ਇਹਨੇ ਸਮਝਾਇਆ ਸੀ ਉਹਨਾਂ ਨੂੰ, ਜਿੱਦਾਂ ਜਿਹੜੇ ਸਾਡੇ ਫੌਜੀ ਚੀਨ ਵਿੱਚ ਲੜਦੇ ਸੀ ਨਾ, ਉਹਨਾਂ ਸਾਡੇ ਫੌਜੀਆਂ ਦੀ ਇੱਕ ਕਵਿਤਾ ਮੈਨੂੰ ਯਾਦ ਆਉਂਦੀ ਆ, ਵੀ ਉਹ ਚੀਨਿਆਂ ਨਾਲ ਨਾ ਮੂਲ ਲੜਨਾ, ਆਪਣੇ ਸਿੱਖ ਫੌਜੀਆਂ ਨੂੰ ਖੋ ਕੇ ਸੰਬੋਧਿਤ ਕਹਿ ਰਹੇ, ਵੀਰੋ ਚੀਨਿਆਂ ਨਾਲ ਨਾ ਮੂਲ ਲੜਨਾ, ਵੈਰੀ ਦਗੇ ਦੀ ਮਤਾਂ ਲੜਾ ਜਾਵੇ, ਸਦਾ ਪਾੜ ਕੇ ਮਾਰਦਾ ਸਕੇ ਭਾਈਆਂ ਇਹੋ ਚਾਲ ਨਾ ਕਿਤੇ ਚਲਾ ਜਾਵੇ, ਚੀਨੇ ਭਾਈ ਹਨ ਵੀਰ ਨੂੰ ਏਸ਼ੀਆ ਦੇ ਭਾਈਆਂ ਨਾਲ ਨਾ ਕਿਤੇ ਫਸਾ ਜਾਵੇ, ਸਗੋਂ ਤੁਸਾਂ ਕਰਨੀ ਮਦਦ ਚੀਨਿਆਂ ਦੁਸ਼ਮਣ ਇਹਨਾਂ ਨੂੰ ਮਤਾਂ ਦਬਾ ਜਾਵੇ। ਸੋ ਜਿਹੜੇ ਇਹ ਨਹੀਂ ਹਿੰਦੁਸਤਾਨ ਦੇ ਘੱਟ ਗਿਣਤੀ ਲੋਕ ਨੇ, ਉਹਨਾਂ ਦੇ ਵੀ ਸਾਨੂੰ ਫਿਕਰ ਸੀ ਜਿਹੜੇ ਸਾਡੇ ਸਿੱਖ ਸੀ ਇੱਥੋਂ ਦੇ। ਹੁਣ ਹਿੰਦੁਸਤਾਨ ਦੇ ਵਿੱਚ ਇੱਕ ਆਦਿਵਾਸੀ ਨੇ, ਘੱਟ ਗਿਣਤੀ ਲੋਕ ਨੇ, ਆਦਿਵਾਸੀ ਜਿਹਨਾਂ ਪਪੀਲ ਕਹਿੰਦੇ ਹਨ, ਇਹ ਹਮੇਸ਼ਾ ਤੋਂ ਆਪਣੇ ਹੱਕਾਂ ਲਈ ਲੜਦੇ ਹਨ, ਰਾਮ ਦੇ ਵੇਲੇ ਵੀ ਲੜਦੇ, ਕ੍ਰਿਸ਼ਨ ਵੇਲੇ, ਮੁਗਲਾਂ ਵੇਲੇ, ਅੰਗਰੇਜ਼ਾਂ ਵੇਲੇ, ਅੱਜ ਵੀ ਲੜ ਰਹੇ ਨੇ। 1914 ਵਿੱਚ ਇਹਨਾਂ ਨੇ ਬਗਾਵਤ ਕੀਤੀ ਇੱਕ ਬਸਤਰ ਦੇ ਜੰਗਲਾਂ ਵਿੱਚ, ਉਹ ਬਗਾਵਤ ਇਹਨਾਂ ਨੇ ਫੌਜ ਦੇ ਜ਼ੋਰ ਦਵਾ ਦਿੱਤੀ ਸੀ, ਅਤੇ ਸਾਡੇ ਵੈਨਕੂਵਰ ਬੈਠੇ ਗਦਰੀ ਉਹਨਾਂ ਨਾਲ ਸੋਲੀਡੈਰਿਟੀ ਸ਼ੋਅ ਕਰਦੇ ਨੇ, ਮੀਟਿੰਗਾਂ ਕਰਦੇ ਨੇ, ਭਾਸ਼ਣ ਕਰਦੇ ਨੇ, ਕਵਿਤਾਵਾਂ ਲਿਖਦੇ ਨੇ। ਅਗਰ ਅਖਬਾਰ ਦੇ ਵਿੱਚ ਕਵਿਤਾ ਛਪੀ ਹੋਈ 1914 ਦੀ ਸਾਡੇ ਵੈਨਕੂਵਰ ਦੇ ਲਿਖੀ ਹੋਈ ਗਦਰੀ ਦੀ ਲੰਮੀ ਕਵਿਤਾ, 2-17 ਸਾਂਝੀਆਂ ਕਰਦਾ ਸਾਡੇ ਨਾਲ, ਕਹਿੰਦਾ ਭੀਲ ਬਹਾਦਰ ਹਿੰਦ ਦੇ, ਉਹਦੇ ਬਗਾਵਤ ਬਾਰੇ ਗੱਲ ਕਰਦੇ ਨਾ, ਕਹਿੰਦਾ ਭੀਲ ਬਹਾਦਰ ਹਿੰਦ ਦੇ ਬੜੇ ਸੂਰਮੇ ਵੀਰ, ਜਰਨਲ ਡਰਦੇ ਮੌਤ ਤੋਂ ਸਿੱਧੇ ਮਾਰਨ ਤੀਰ, ਹੈਂ ਫੜੇ ਕੈਨੇਡਾ ਦੇ ਆ ਜਿਹੜੇ ਓਰਿਜਨਲ ਨੇ, ਇਹਨਾਂ ਬਾਰੇ, ਇਹਨਾਂ ਬਾਰੇ ਸਾਡੇ ਜਿਹੜੇ ਸਿੱਖ ਫੌਜੀ ਉਸ ਵੇਲੇ ਜਿਹੜੇ ਗਦਰੀ ਨੇ ਉਹਨਾਂ ਫਿਕਰ। ਹੁਣ ਆਪ ਅੱਜ ਕੱਲ੍ਹ ਸਾਨੂੰ ਨਹੀਂ ਪਤਾ ਨਾ, ਕਿਤੇ ਟੈਕਸੀ ਡਰਾਈਵਰ ਤੋਂ ਪੁੱਛੋ, ਕਹਿੰਦੇ ਉਹ ਡਰੱਗੀ ਆ, ਸਟੰਕੀ ਨੇ ਮੇਰੀ ਕੈਬ 'ਚ ਬੈਠਾ, ਮੇਰੇ ਪੈਸੇ ਮਾਰ ਗਿਆ, ਸ਼ਰਾਬੀ ਕਬਾਬੀ ਆ ਨਾ ਵਿਚਾਰੇ, ਕਿਸੇ ਨੂੰ ਇਹ ਨਹੀਂ ਪਤਾ ਕਿ ਪਹਿਲਾਂ ਤੋਂ ਇੱਦਾਂ ਦੇ ਸੀ ਕਿ ਹੁਣ ਬਣ ਗਿਆ, ਬਣਾ ਤੇ ਗਏ ਆ, ਲੇਕਿਨ ਸਾਡੇ ਗਦਰੀਆਂ ਨੂੰ ਪਤਾ ਸੀ। 1914 ਦੇ ਵਿੱਚ ਇੱਕ ਸਾਡਾ ਵੈਨਕੂਵਰ ਦਾ ਗਦਰੀ ਚਿੱਠੀ ਲੈ ਦਿਆ ਇੱਥੇ ਵੈਨਕੂਵਰ ਤੋਂ ਆਪਣੇ ਦੋਸਤ ਨੂੰ, ਬੰਗਿਆਂ ਲੱਗੇ ਪਿੰਡ ਕਲੇਰਾਂ, ਉੱਥੋਂ ਦਾ ਫੁੰਮਣ ਸਿੰਘ, ਉਹਨੂੰ ਚਿੱਠੀ ਲਿਖਦਾ, ਕਹਿੰਦਾ ਫੁੰਮਣ ਸਿਆਂ ਇਹ ਮੁਲਕ ਪਹਿਲਾਂ ਕੈਨੇਡੀਅਨ ਲੋਕਾਂ ਦਾ ਹੁੰਦਾ ਸੀ, ਕੈਨੇਡੀਅਨ ਲੋਕ ਫਸਟ ਨੇਸ਼ਨ ਵਾਲੇ, ਕਹਿੰਦਾ ਇਹ ਮੁਲਕ ਪਹਿਲਾਂ ਕੈਨੇਡੀਅਨ ਲੋਕਾਂ ਦਾ ਹੁੰਦਾ ਸੀ, ਫਿਰ ਗੋਰੇ ਆਏ, ਉਹਨਾਂ ਲੜਾਈ ਵਿੱਚ ਕੈਨੇਡੀਅਨ ਲੋਕਾਂ ਨੂੰ ਹਰਾ ਦਿੱਤਾ, ਹੁਣ ਇਹ ਕੈਨੇਡੀਅਨ ਲੋਕ ਬਾਹਰ ਜੰਗਲਾਂ ਵਿੱਚ ਰਹਿੰਦੇ ਨੇ, ਇਹਨਾਂ ਨੂੰ ਸ਼ਹਿਰਾਂ ਵਿੱਚ ਆਉਣ ਦੀ ਇਜਾਜ਼ਤ ਨਹੀਂ, ਇਹ ਸਮੁੰਦਰ ਕੰਢੇ ਮੱਛੀਆਂ ਫੜ ਕੇ ਗੁਜ਼ਾਰਾ ਕਰਦੇ ਨੇ। ਸੋ ਸਾਡੇ ਜਿਹੜੇ ਲੋਕ ਸੀ, ਆਹ ਸਿੱਖ ਵਿਰਸਾ ਸਾਡਾ, ਅਸੀਂ ਜੁਲਮ ਦੇ ਲੜਨ ਵਾਲੇ ਨਿਹੱਥਿਆਂ ਮਜ਼ਲੂਮਾਂ ਲਈ ਖੜ੍ਹਨਾ ਸਾਨੂੰ ਸਿੱਖਣਾ ਚਾਹੀਦਾ, ਆਹ ਸਾਡਾ ਵਿਰਸਾ, ਨਾ ਕਿ ਦੁਸ਼ਮਣ ਦਾ ਸਾਥ ਦੇਈਏ, ਨਾ ਕਿ ਸਾਰਾ ਗੜੀ ਦੀ ਗੱਲਾਂ ਕਰੀ ਚੱਲੀਏ, ਫਸਟ ਵਰਲਡ ਵਾਰ ਵਿੱਚ ਸਾਡੇ ਇੰਨੇ ਮਰੇ, ਸੈਕਿੰਡ ਵਰਲਡ ਵਾਰ 'ਚ ਬੈਠੇ, ਕੱਲ੍ਹ ਲਈ ਮਰੇ, ਆਪਣਾ ਮੁਲਕ ਯਾਦ ਕਰਾਉਣ ਲਈ ਮਰੋ, ਨਾ ਕਿ ਲੋਕਾਂ ਨੂੰ ਗੁਲਾਮ ਬਣਾਉਣ ਲਈ। ਸੋ ਇਹ ਸਾਡਾ ਵਿਰਸਾ ਸਿੱਖਣ ਦਾ, ਮੈਂ ਆਪਣੇ ਨੌਜਵਾਨਾਂ ਨੂੰ ਇਹ ਚਾਹੁੰਦਾ ਕਿ ਇਹ ਗੱਲਾਂ ਸਿੱਖਣ, ਆਪਣੇ ਸਮਝਣ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਕੀ ਸਮਝਾਇਆ ਸੀ, ਕੀ ਸਾਡੇ ਗੁਰੂ ਸਾਹਿਬ ਦੀ ਸਾਨੂੰ ਦੇਣ ਸੀ, ਸਾਡੇ ਗੁਰੂ ਸਾਹਿਬ ਨੇ ਸਮਝਾਇਆ ਸੀ ਜਾਤ ਪਾਤ ਦੇ ਵਿਰੁੱਧ ਲੜਨਾ, ਔਰਤਾਂ ਦੇ ਹੱਕਾਂ ਲਈ ਖੜਨਾ, ਹੈਂ ਅਤੇ ਮਜ਼ਲੂਮਾਂ ਨੇ ਲੜਨਾ, ਉਹ ਵਿਰਸਾ ਸਾਂਭਣਾ ਚਾਹੀਦਾ ਸਾਨੂੰ। ਸੋ ਮੈਂ ਇਹ ਕਹਿਣਾ ਚਾਹੁੰਦਾ ਆਪਣੇ ਨੌਜਵਾਨ ਪੀੜ੍ਹੀ ਨੂੰ ਕਿ ਆਪਣੇ ਸਿੱਖ ਵਿਰਸੇ ਉਹ ਸੇਧ ਲੈਂਦਿਆਂ ਹੋਇਆਂ ਸਾਨੂੰ ਜ਼ੁਲਮ ਦੇ ਵਿਰੁੱਧ ਲੜਨਾ ਚਾਹੀਦਾ, ਹੱਤਿਆਂ ਦੀ ਮਦਦ ਕਰਨੀ ਚਾਹੀਦੀ ਹੈ, ਮਜ਼ਲੂਮਾਂ ਦੀ ਮਦਦ ਕਰਨੀ, ਜਾਤ ਪਾਤ ਦੇ ਵਿਰੁੱਧ ਲੜਨਾ ਚਾਹੀਦਾ, ਔਰਤਾਂ ਦੇ ਹੱਕ ਲੜਨਾ ਚਾਹੀਦਾ, ਸਾਰੀ ਮਨੁੱਖਤਾ ਦੇ ਭਲੇ ਖੜਨਾ ਚਾਹੀਦਾ, ਸ਼ਾਂਤੀ ਖੜਨਾ ਚਾਹੀਦਾ, ਇਸ ਤਰ੍ਹਾਂ ਇਹ ਗੱਲ ਮੈਂ ਕਹਿਣੀ ਚਾਹਾਂਗਾ।